ਸੋਕੇ 'ਚ ਮੈਂ ਸਮਝਦਾ ਵੀ ਉਹਨੇ ਨਹੀਂ ਸੀ ਮਰਦੇ ਜਿੰਨੇ ਹੁਣ ਇਹ ਚੀਜ਼ਾਂ ਨੂੰ ਖਾ ਕੇ ਮਰ ਦਿੰਦੇ ਨੇ। ਔਰ ਵੀ ਮਰ ਵੀ ਇੱਦਾਂ ਰਹੇ ਨੇ ਵੀ ਬਹੁਤ ਜੱਦੋ ਜਹਿਦ ਨਾਲ ਉਹਨਾਂ ਨੂੰ ਆਪਾਂ ਕਹਿ ਦਈਏ ਵੀ ਮਰਨਾ ਪੈ ਰਿਹਾ। ਜਿਹੜੀਆਂ ਗਲੋਬਲਾਈਜ਼ਡ ਕੰਪਨੀਆਂ ਨੇ ਵੱਡੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਵੀ ਉਹ ਪੰਜਾਬ ਨੂੰ ਇੱਕ ਬਿਮਾਰੀਆਂ ਦੀ ਹੱਬ ਦੇ ਤੌਰ 'ਤੇ ਕੈਪੀਟਲ ਦੇ ਤੌਰ 'ਤੇ ਦੇਖਦੇ ਨੇ, ਮੈਂ ਸਮਝਦਾ ਉਹਨਾਂ ਲਈ ਤਾਂ ਖੁਸ਼ਹਾਲੀ ਹੋਊਗੀ। ਬਾਬੂਸ਼ਾਹੀ ਟਾਈਮਸ ਦੇ ਵਿੱਚ ਦੀਦਾਰ ਸਿੰਘ ਗੁਰਨਾ, ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹਾ ਮੁੱਦਾ ਸਾਂਝਾ ਕਰਨ ਜਾ ਰਿਹਾ ਹਾਂ ਜਿਹੜਾ ਸਾਡੇ ਸਾਰਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਚਾਹੇ ਉਹ ਬੱਚਾ, ਬੁੱਢਾ, ਬਜ਼ੁਰਗ, ਕੋਈ ਵੀ ਇਨਸਾਨ ਹੈ, ਸਾਨੂੰ ਅਸੀਂ ਹਰ ਡਾਇਰੈਕਟ ਜਾਂ ਇਨਡਾਇਰੈਕਟ ਉਸ ਮੁੱਦੇ ਨਾਲ ਅਸੀਂ ਜੁੜੇ ਹੋਏ ਹਾਂ। ਉਹ ਹੈ ਜੀ ਬਿਮਾਰੀਆਂ ਦਾ ਮੁੱਦਾ। ਦੋਸਤੋ, ਅਸੀਂ ਜਦੋਂ ਵੀ ਕਿਤੇ ਬਿਮਾਰ ਹੁੰਦੇ ਹਾਂ ਸੋ ਸਾਨੂੰ ਇਹ ਸਮਝਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਕਿਹੜੀ ਪੈਥੀ ਅਪਣਾਈਏ। ਅਸੀਂ ਆਯੁਰਵੇਦਿਕ ਅਪਣਾਈਏ, ਅਸੀਂ ਐਲੋਪੈਥੀ ਅਪਣਾਈਏ, ਜਾਂ ਅਸੀਂ ਹੋਮਿਓਪੈਥੀ, ਜਾਂ ਹੋਰ ਹਿੰਦੁਸਤਾਨ ਦੇ ਵਿੱਚ ਸਾਡੇ ਪ੍ਰਚਲਿਤ ਵਿਧੀਆਂ ਬਹੁਤ ਨੇ, ਇਲਾਜ ਪ੍ਰਣਾਲੀਆਂ ਬਹੁਤ ਨੇ। ਸੋ ਅੱਜ ਅਸੀਂ ਗੱਲ ਕਰਾਂਗੇ ਜੀ ਆਯੁਰਵੇਦ ਬਾਰੇ। ਆਯੁਰਵੇਦ ਕੀ ਹੈ, ਪ੍ਰਣਾਲੀ ਕਿੱਦਾਂ ਕੰਮ ਕਰਦੀ ਹੈ, ਇਹਦੇ ਬਾਰੇ ਲੋਕਾਂ ਨੂੰ ਸ਼ੰਕੇ ਬੜੇ ਨੇ ਕਿ ਬੜੀ ਦੇਰ ਨਾਲ ਕੰਮ ਕਰਦੀ ਹੈ, ਹੋਰ ਜਿਹੜੀਆਂ ਕਈ ਅਫਵਾਹਾਂ ਨੇ, ਕਈ ਧਾਰਨਾਵਾਂ ਆਯੁਰਵੇਦ ਬਾਰੇ ਬਣੀਆਂ ਹੋਈਆਂ ਨੇ। ਅੱਜ ਅਸੀਂ ਲਗਭਗ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲਵਾਂਗੇ। ਸਾਡੇ ਨਾਲ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਜੀ ਸਾਡੇ ਨਾਲ ਨੇ। ਵੈਦ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਧੰਨਵਾਦ ਕਰਦਾ ਬਾਬੂਸ਼ਾਹੀ ਟਾਈਮਸ ਦਾ ਅਤੇ ਦੀਦਾਰ ਗੁਰਨਾ ਜੀ ਦਾ, ਜਿਨ੍ਹਾਂ ਨੇ ਉਪਰਾਲਾ ਕੀਤਾ ਵੀ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਵੇ, ਕਿਹੜੀ ਵਿਧੀ ਅਪਣਾਉਣੀ ਚਾਹੀਦੀ ਹੈ, ਖਾਸ ਕਰਕੇ ਇਹਦੇ 'ਤੇ ਚਰਚਾ ਕਰਾਂਗੇ ਜੀ। ਆਯੁਰਵੇਦ ਕੀ ਹੈ, ਇਹ ਪ੍ਰਣਾਲੀ ਕਿੱਦਾਂ ਕੰਮ ਕਰਦੀ ਹੈ, ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਨੂੰ ਇਹ ਹੈ ਜੀ। ਆਯੁਰਵੇਦ ਦਾ ਜੇ ਆਪਾਂ ਇਹਦੇ ਸ਼ਬਦ ਤੋਂ ਹੀ ਸਪਸ਼ਟ ਹੋ ਜਾਂਦਾ ਜੀ, ਆਯੁਰਵੇਦ ਇਹ ਨਾ ਵਿਦ ਧਾਤੂ ਦਾ ਆ, ਵੇਦ ਸ਼ਬਦ ਆ ਜਿਹੜਾ। ਆਯੂ, ਆਯੂ ਹੈਗਾ ਸਾਡਾ ਉਮਰ ਕਹਿ ਲਈਏ, ਉਮਰ ਦਾ ਵਿਗਿਆਨ, ਸਾਇੰਸ ਆਫ ਲਾਈਫ, ਉਹਨੂੰ ਆਪਾਂ ਆਯੁਰਵੇਦ ਕਹਿੰਦੇ ਹਾਂ। ਇਹਦੇ ਵਿੱਚ ਸਾਰਾ ਹੀ ਆ ਜਾਂਦਾ ਵੀ ਅਸੀਂ ਕਦੋਂ ਬਿਮਾਰ ਹੋ ਕੇ ਕਿਹੜੀ ਦਵਾਈ ਲੈਣੀ ਆ, ਜੇ ਅਸੀਂ ਠੀਕ ਹਾਂ ਤਾਂ ਅਸੀਂ ਤੰਦਰੁਸਤ ਕਿਵੇਂ ਰਹਿਣਾ, ਕੀ ਸਾਨੂੰ ਖਾਣ ਪੀਣ ਦੇ ਪਾਥੇ ਆ, ਪੱਥੇ ਆ, ਪਰਹੇਜ਼ ਕੀ ਰੱਖਣੇ ਚਾਹੀਦੇ ਨੇ, ਕਿਹੜੀ ਚੀਜ਼ ਖਾਣੀ ਚਾਹੀਦੀ ਆ, ਉਹ ਸਾਰਾ ਕੁਛ ਆਯੁਰਵੇਦ 'ਚ ਆ। ਸਾਡੀ ਦਿਨ ਚਰਿਆ ਕੀ ਹੋਣੀ ਚਾਹੀਦੀ ਆ, ਇਹ ਸਾਰਾ ਕੁਛ ਆਯੁਰਵੇਦ 'ਚ ਆ। ਅਤੇ ਇਹਦੇ ਵਿੱਚ ਬਹੁਤ ਵਧੀਆ ਜਿਹੜੀਆਂ ਬਿਮਾਰੀਆਂ ਦੇ ਨਹੀਂ ਵੀ ਇਲਾਜ ਹੈਗੇ, ਉਹਨਾਂ ਦਾ ਵੀ ਇਲਾਜ ਆਯੁਰਵੇਦ 'ਚ ਅੱਜ ਸਾਡੇ ਸਾਹਮਣੇ ਆ ਰਿਹਾ। ਸਾਡੇ ਲੋਕਾਂ ਦੇ ਵਿੱਚ ਆਮ ਧਾਰਨਾ ਬਣੀ ਹੋਈ ਹੈ ਕਿ ਜਿਹੜਾ ਆਯੁਰਵੇਦ ਹੈ ਇਹ 'ਚ ਇਲਾਜ ਨੂੰ ਬਹੁਤ ਟਾਈਮ ਲੱਗ ਜਾਂਦਾ, ਈਵਨ ਕਿ ਮਹੀਨਿਆਂ ਵਧੀ ਸਮਾਂ ਲੱਗ ਜਾਂਦਾ ਤਾਂ ਇਲਾਜ ਕਰਾਉਣ ਤੋਂ ਲੋਕ ਕਤਰਾਉਂਦੇ ਨੇ। ਸੋ ਕਿਹੜੀ ਬਿਮਾਰੀ ਦੇ ਵਿੱਚ ਆਯੁਰਵੇਦ ਤੇਜ਼ ਕੰਮ ਕਰਦਾ, ਜਾਂ ਕਿਹੜੀ ਇੱਦਾਂ ਦੀ ਬਿਮਾਰੀਆਂ ਜਿਨ੍ਹਾਂ ਦੇ ਵਿੱਚ ਲੰਬਾ ਸਮਾਂ ਲੱਗ ਜਾਂਦਾ, ਜਾਂ ਇਹ ਸਿਰਫ ਅਫਵਾਹਾਂ ਨੇ, ਗਲਤ ਧਾਰਨਾਵਾਂ ਬਣੀਆਂ ਹੋਈਆਂ ਨੇ? ਇਹ ਇੱਕ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਗਲਤ ਧਾਰਨਾ, ਇਹ ਬਿਲਕੁਲ ਹੀ ਜੇ ਆਪਾਂ ਮੁੱਢੋਂ ਹੀ ਗਲਤ, ਮੈਂ ਇਸ ਨੂੰ ਕਰਾਰ ਦਿੰਦਾ। ਇਹਦੇ 'ਚ ਜ਼ਿੰਮੇਵਾਰ ਕੌਣ ਆ? ਜ਼ਿੰਮੇਵਾਰ ਕਾਫੀ ਹੱਦ ਤੱਕ ਤਾਂ ਜਿਹੜੇ ਇਲਾਜ ਕਰਨ ਵਾਲੇ ਨੇ ਉਹੀ ਜ਼ਿੰਮੇਵਾਰ ਨੇ, ਕਿਉਂਕਿ ਉਹ ਸ਼ੁਰੂ ਹੀ ਇੱਦਾਂ ਇਲਾਜ ਕਰਕੇ ਕਹਿ ਕੇ ਕਰਦੇ ਆ ਵੀ ਇਹ ਹੌਲੀ ਹੌਲੀ ਆਰਾਮ ਆਊਗਾ ਜੀ, ਬਹੁਤ ਸਮਾਂ ਲੱਗੂਗਾ, ਜਦਕਿ ਉਹਨਾਂ ਨੂੰ ਵਾਤ ਪਿੱਤ ਕਫ ਦਾ ਅਤੇ ਜਿਹੜੇ ਸਾਡੇ ਪੰਜ ਭੂਤ ਨੇ, ਮਹਾਂਭੂਤ ਨੇ ਸਰੀਰ ਦੇ, ਉਹਨਾਂ ਦਾ ਕੋਈ ਗਿਆਨ ਨਹੀਂ ਹੁੰਦਾ। ਜਦੋਂ ਅਸੀਂ ਇੱਦਾਂ ਇਲਾਜ ਕਰਾਂਗੇ ਤਾਂ ਸਮਾਂ ਆਪ ਹੀ ਲੱਗਣਾ ਵੀ ਅੱਜ ਆਹ ਦਵਾਈ ਦੇ ਕੇ ਦੇਖ ਲਈ, ਅੱਜ ਆਹ ਦੇ ਕੇ ਦੇਖ ਲਈ। ਇਸ ਕਰਕੇ ਫਿਰ ਲੋਕਾਂ ਦਾ ਵੀ ਜਿਹੜਾ ਇੱਕ ਵਾਰੀ ਆਯੁਰਵੇਦ 'ਚ ਇਲਾਜ ਕਰਾਉਣ ਚਲਾ ਗਿਆ, ਜੇ ਉਹਨੂੰ 2 ਮਹੀਨੇ ਕੋਈ ਜਾਂ 1 ਮਹੀਨਾ ਕੋਈ ਰਿਜ਼ਲਟ ਹੀ ਨਹੀਂ ਮਿਲੂਗਾ ਤਾਂ ਉਹ ਤਾਂ ਨੈਚੁਰਲੀ ਉਹਦੀ ਧਾਰਨਾ ਬਣ ਜੂਗੀ ਵੀ ਇਹ ਬਹੁਤ। ਜੇ ਆਪਾਂ ਕਹੀਏ ਵੀ ਹੁਣ ਬਲੱਡ ਪ੍ਰੈਸ਼ਰ ਆ,
ਐਲੋਪੈਥੀ ਦੀ ਤੁਸੀਂ ਟੈਬਲੇਟ ਲੈਣੀ ਸ਼ੁਰੂ ਕਰ ਦਿੰਦੇ ਹੋ, ਡਾਕਟਰ ਤੁਹਾਨੂੰ ਕਹਿੰਦਾ ਵੀ ਆਹ ਚੀਜ਼ ਆ, ਟੈਨਲੋਲ 50 ਆ ਜਾਂ ਕੋਈ ਵੀ, ਬਹੁਤ ਸਾਲਟਸ ਨੇ, ਵੀ ਆਹ ਲੈਣੀ ਸ਼ੁਰੂ ਕਰ ਦਿਉ ਜੀ। ਲੈਣੀ ਕਦੋਂ ਤੱਕ ਆ? ਉਮਰ ਭਰ। ਉਮਰ ਭਰ, ਠੀਕ ਹੈ। ਫਿਰ ਤੁਸੀਂ ਕੀ ਕਹੋਗੇ ਵੀ ਉਹ ਤੇਜ਼ ਇਲਾਜ ਹੋ ਗਿਆ ਜਾਂ ਹੌਲੀ ਹੋ ਗਿਆ? ਉਹ ਤਾਂ ਲਾਈਫ ਟਾਈਮ ਲਈ ਹੋ ਗਈ ਤੁਹਾਡੀ, ਖਾਣੀ ਪੈਣੀ ਆ ਤੁਹਾਨੂੰ। ਆਯੁਰਵੇਦ ਕਹਿੰਦਾ ਵੀ ਬੀ ਪੀ ਕਿਉਂ ਆ, ਉਹਦੇ ਰੂਟ ਕੋਜ਼ 'ਤੇ ਜਾ ਕੇ ਉਸ ਚੀਜ਼ ਨੂੰ ਸੋਲਵ ਕੀਤਾ ਜਾਂਦਾ, ਫਿਰ ਉਹਦਾ ਇਲਾਜ ਕੀਤਾ ਜਾਂਦਾ। ਇਸ ਕਰਕੇ ਆਯੁਰਵੇਦ 'ਚ ਕੋਈ ਐਸੀ ਚੀਜ਼ ਨਹੀਂ ਜਿਹੜਾ ਹੌਲੀ ਆਰਾਮ ਆਵੇ। ਐਲੋਪੈਥੀ ਤੋਂ ਪਹਿਲਾਂ, ਕਿਉਂਕਿ ਸਾਡੇ ਕੋਲ ਬਹੁਤ ਮਰੀਜ਼ ਆਉਂਦੇ ਨੇ ਪੇਟ ਦੀਆਂ ਬਿਮਾਰੀਆਂ ਦੇ, ਹਰ ਤਰ੍ਹਾਂ ਦੇ ਮਰੀਜ਼ ਆਉਂਦੇ ਨੇ, ਹਜ਼ਾਰਾਂ ਹੀ ਮਰੀਜ਼ ਨੇ ਜਿਹੜੇ ਐਲੋਪੈਥੀ 'ਚ ਸਾਲਾਂ ਸਾਲ ਸਫ਼ਰ ਕਰਕੇ ਸਾਡੇ ਕੋਲ ਆਉਂਦੇ ਨੇ, ਅਤੇ ਹਫ਼ਤੇ ਬਾਅਦ ਉਹ ਕਹਿੰਦੇ ਨੇ ਆਈ ਐਮ ਰਿਲੈਕਸ, ਵੀ ਮੈਂ ਬਹੁਤ ਠੀਕ ਹਾਂ ਜੀ ਪਹਿਲਾਂ ਨਾਲੋਂ। ਇਸ ਕਰਕੇ ਕੋਈ ਧਾਰਨਾ ਨਹੀਂ ਵੀ ਹੌਲੀ ਇਲਾਜ ਕਰਦੀ ਆ, ਇਹ ਤੋਂ ਸਾਨੂੰ ਦੂਰ ਹੋਣਾ ਚਾਹੀਦਾ। ਵੈਸੇ ਜੀ, ਜਿਹੜੀ ਆਯੁਰਵੇਦਿਕ ਪ੍ਰਣਾਲੀ ਹੈ ਉਹ ਕੁਛ ਖਾਸ ਬਿਮਾਰੀਆਂ ਦੇ ਵਿੱਚ ਕੰਮ ਕਰਦੀ ਹੈ ਜਾਂ ਕੁਛ ਜਿਹੜੀਆਂ ਆਮ ਅੱਜ ਕੱਲ੍ਹ ਰੂਟੀਨ ਦੀਆਂ ਬਿਮਾਰੀਆਂ ਨੇ, ਸ਼ੂਗਰ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਿਆ, ਜਿੱਦਾਂ ਅੱਜ ਕੱਲ੍ਹ ਪੇਟ ਦੀਆਂ ਬਿਮਾਰੀਆਂ ਕਾਫੀ ਨੇ ਜਾਂ ਲੀਵਰ ਦੀਆਂ ਪ੍ਰੋਬਲਮਸ ਜਿਹੜੀਆਂ ਜਰਨਲ ਚੱਲਦੀਆਂ ਨੇ, ਜਿੱਦਾਂ ਬੁਖਾਰ, ਹੁਣ ਪਿੱਛੇ ਡੇਂਗੂ ਦਾ ਬੜਾ ਤੁਹਾਨੂੰ ਪਤਾ ਪ੍ਰਭਾਵ ਰਿਹਾ, ਸੈੱਲ ਘੱਟ ਜਾਂਦੇ ਨੇ, ਸੋ ਇੱਦਾਂ ਦੀਆਂ ਬਿਮਾਰੀਆਂ ਦੇ ਵਿੱਚ ਵੀ ਕਾਰਗਰ ਹੈ ਆਯੁਰਵੇਦ ਜਾਂ ਕੁਛ ਖਾਸ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ 'ਚ ਕਾਰਗਰ ਹੈ? ਆਯੁਰਵੇਦ ਸਾਰੀਆਂ ਬਿਮਾਰੀਆਂ 'ਚ ਕਾਰਗਰ ਹੈ ਜੀ, ਇਹ ਕੋਈ ਜ਼ਰੂਰੀ ਨਹੀਂ ਹੈਗਾ, ਕਿਉਂਕਿ ਜਦੋਂ ਆਯੁਰਵੇਦ ਸੀ ਬਿਮਾਰੀਆਂ ਤਾਂ ਉਦੋਂ ਵੀ ਸੀ। ਸਭ ਤੋਂ ਪਹਿਲਾਂ ਸ਼ੁਰੂ ਜਿਹੜੀ ਵਿਧੀ ਹੋਈ ਆਯੁਰਵੇਦ, ਆਯੁਰਵੇਦ 'ਚ ਹਰ ਚੀਜ਼ ਦਾ ਗਿਆਨ ਆ, ਹਰ ਬਿਮਾਰੀ ਬਾਰੇ ਦੱਸਿਆ ਹੋਇਆ, ਹਰ ਕੋਈ ਇੱਦਾਂ ਦੀ ਬਿਮਾਰੀ ਨਹੀਂ ਜਿਹਦਾ ਇਲਾਜ ਆਯੁਰਵੇਦ ਦੇ ਵਿੱਚ ਨਹੀਂ ਹੈ, ਠੀਕ ਹੈ। ਜਿੰਨੀਆਂ ਜਿਵੇਂ ਤੁਸੀਂ ਹੁਣ ਗੱਲ ਕੀਤੀ ਡੇਂਗੂ ਦੀ, ਜੇ ਆਪਾਂ ਡੇਂਗੂ 'ਚ ਦੇਖੀਏ ਐਲੋਪੈਥੀ 'ਚ ਕੀ ਇਲਾਜ ਹੈ ਇਹਦਾ? ਕੋਈ ਇਲਾਜ ਨਹੀਂ, ਉਹ ਵੀ ਕਹਿੰਦੇ ਆ ਵੀ ਸੈੱਲ ਵਧਾਉਣ ਦਾ ਸਾਡੇ ਕੋਲ ਕੁਛ ਨਹੀਂ ਹੈਗਾ। ਡੇਂਗੂ ਵਰਗੀਆਂ ਬਿਮਾਰੀਆਂ ਨੂੰ ਹਾਈਲਾਈਟ ਕਰਕੇ ਇੱਕ ਪਹਿ ਖੱਟਣ ਦਾ ਮਨਸੂਬਾ ਬਣਾ ਕੇ ਉਸ ਚੀਜ਼ ਨੂੰ ਹਾਈਲਾਈਟ ਕਰ ਦਿੱਤਾ ਜਾਂਦਾ। ਬੁਖਾਰ ਪਹਿਲਾਂ ਵੀ ਸੀਗੇ, ਇਹ ਸਾਰੇ ਬੁਖਾਰ ਪਹਿਲਾਂ ਵੀ ਲੋਕਾਂ ਨੂੰ ਹੁੰਦੇ ਸੀਗੇ। ਇਹਦੇ 'ਚ ਕੀ ਹੈ, ਗਲੋਏ ਸਾਡੀ ਆਯੁਰਵੇਦ ਦੀ ਇੱਕ ਗਲੋ ਆ, ਅੰਮ੍ਰਿਤਾ ਜਿਹਨੂੰ ਕਿਹਾ ਜਾਂਦਾ, ਇਕੱਲੀ ਗਲੋਏ ਸੈੱਲ ਕਾਊਂਟਿੰਗ ਤੁਹਾਡੀ ਵਧਣ ਲਾ ਜਾਂਦੀ ਹੈ, ਬੁਖਾਰ ਨਹੀਂ ਹੁੰਦਾ, ਵੱਧ ਤੋਂ ਵੱਧ ਇਹ 'ਚ ਰੈਸਟ ਦੀ ਲੋੜ ਹੁੰਦੀ ਹੈ। ਉਹ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਹੁਣ ਇਲਾਜ, ਪਰਹੇਜ਼, ਦਵਾਈ, ਤਿੰਨੇ ਚੀਜ਼ਾਂ ਜਦੋਂ ਅਸੀਂ ਵਧੀਆ ਅਪਣਾਉਂਦੇ ਹਾਂ ਤਾਂ ਇਲਾਜ ਨੂੰ ਕੋਈ ਟਾਈਮ ਨਹੀਂ ਲੱਗਦਾ, ਚਾਹੇ ਉਹ ਬਿਮਾਰੀਆਂ ਆਪਾਂ ਕਹਿ ਲਈਏ ਅੱਜ ਕੱਲ੍ਹ ਦੀਆਂ ਨੇ ਚਾਹੇ ਪੁਰਾਣੀਆਂ ਨੇ। ਇਸ ਕਰਕੇ ਕੋਈ ਇੱਦਾਂ ਦੀ ਧਾਰਨਾ ਨਹੀਂ ਹੈ ਜੀ। ਵੈ ਜੀ, ਮੈਨੂੰ ਕੁਛ ਬਿਮਾਰੀਆਂ ਇੱਦਾਂ ਦੀਆਂ ਦੱਸੋ ਜਿਹੜੀਆਂ ਰੂਟੀਨ ਦੇ ਵਿੱਚ ਵੀ ਹੋਣ ਅਤੇ ਜਿਨ੍ਹਾਂ ਦੇ ਵਿੱਚ ਆਯੁਰਵੇਦ ਬਹੁਤ ਤੇਜ਼ੀ ਨਾਲ ਅਤੇ ਬਹੁਤ ਪ੍ਰਭਾਵਸ਼ਾਲੀ ਰਿਜ਼ਲਟ ਦਿੰਦਾ ਹੋਵੇ। ਸੋ ਤੁਹਾਡੇ ਹੁਣ ਤੱਕ ਦੇ ਐਕਸਪੀਰੀਅੰਸ ਦੇ ਵਿੱਚ ਇੱਦਾਂ ਦੀਆਂ ਕਿਹੜੀਆਂ ਬਿਮਾਰੀਆਂ ਆਈਆਂ ਨੇ ਜਿਨ੍ਹਾਂ 'ਚ ਤੁਸੀਂ ਬੜੇ ਦਾਅਵਾ ਕਰ ਸਕੋ ਵੀ ਹਾਂ ਜੀ ਆਯੁਰਵੇਦ ਇਹਨਾਂ ਬਿਮਾਰੀਆਂ ਦੇ ਵਿੱਚ ਬਹੁਤ ਜ਼ਿਆਦਾ ਅਤੇ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਅਤੇ ਲੰਬਾ ਅਸਰ ਕਰਦਾ ਜੀ? ਵੈਸੇ ਤਾਂ ਆਯੁਰਵੇਦ ਕੋਈ ਐਸੀ ਬਿਮਾਰੀ ਨਹੀਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਜਿਸਦੇ ਜਿਹੜੀ ਬਿਮਾਰੀ ਦਾ ਆਯੁਰਵੇਦ 'ਚ ਇਲਾਜ ਨਹੀਂ। ਪਰ ਫਿਰ ਵੀ ਜੇ ਆਪਾਂ ਕਹੀਏ ਬਹੁਤ ਤੇਜ਼ੀ ਨਾਲ ਜਿਹੜੀਆਂ ਪੇਟ ਦੀਆਂ ਸਾਡੀਆਂ ਮੇਦੇ ਦੀਆਂ ਬਿਮਾਰੀਆਂ ਨੇ ਉਹਨਾਂ 'ਚ ਤਾਂ ਆਯੁਰਵੇਦ ਜਾਦੂ ਵਰਗਾ ਅਸਰ ਕਰਦਾ ਜੀ। ਅਤੇ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਸਾਨੂੰ ਬਿਮਾਰੀਆਂ ਨੇ ਜਿਹੜੀਆਂ ਉਹ ਸਾਰੀਆਂ ਲੱਗਦੀਆਂ ਪੇਟ ਤੋਂ ਨੇ, ਕਿਉਂਕਿ ਅਸੀਂ ਖਾਂਦੇ ਹਾਂ। ਹੁਣ ਅੱਜ ਕੱਲ੍ਹ ਖਾਣ ਪੀਣ ਨੇ ਜਿਹੜੇ ਫੈਸਟੀਸਾਈਡ ਦਾ ਇੰਨਾ ਚੱਲਣਾ ਅਤੇ ਹੋਰ ਰੇਹਾਂ ਸਪਰੇਹਾਂ ਜਿੰਨਾ ਵੀ ਹੈ ਸਾਨੂੰ ਜ਼ਹਿਰਾਂ ਅਸੀਂ ਖਾਂਦੇ ਹਾਂ ਉਹ ਸਾਰੀਆਂ ਪੇਟ ਦੇ ਥਰੂ ਹੋ ਕੇ ਸਾਨੂੰ ਡਾਈਜੈਸਟ ਹੁੰਦੀਆਂ ਨੇ, ਪੇਟ ਨੂੰ ਵੱਧ ਬਿਮਾਰੀਆਂ ਲੱਗਦੀਆਂ ਨੇ, ਉਹ ਤੋਂ ਬਾਅਦ ਹੀ ਸਾਨੂੰ ਹੋਰ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ। ਇਸ ਕਰਕੇ ਪੇਟ ਦੇ ਵਿੱਚ ਜਿੰਨੀਆਂ ਵੀ ਬਿਮਾਰੀਆਂ ਨੇ ਸਾਰੀਆਂ ਦਾ ਸਫਲ ਇਲਾਜ ਸਿਰਫ ਆਯੁਰਵੇਦ 'ਚ। ਵੈ ਜੀ, ਇੱਕ ਮੈਂ ਤੁਹਾਡੇ ਨਾਲ ਕੋਮਨ ਬਿਮਾਰੀ ਦੀ ਗੱਲ ਜਿਹੜੀ ਹੈਗੀ ਉਹ ਕਰੂੰਗਾ। ਅੱਜ ਕੱਲ੍ਹ ਵੈ ਜੀ ਸਾਰੀ ਜਿਹੜੀ
ਪਬਲਿਕ ਹੈ, ਸਾਰੇ ਜਿਹੜੇ ਲੋਕ ਨੇ, ਹਰ ਇੱਕ ਕਹਿੰਦਾ ਮੈਂ ਸਟ੍ਰੈਸ 'ਚ ਹੈ, ਮੈਂ ਸਟ੍ਰੈਸ 'ਚ ਹੈ। ਸੋ ਇਹ ਜਿਹੜੀ ਬਿਮਾਰੀ ਹੈ ਇੱਕ ਬੜਾ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ, ਕਿਉਂਕਿ ਜੀਵਨ ਸ਼ੈਲੀ ਲੋਕਾਂ ਦੀ ਇੱਦਾਂ ਦੀ ਹੋ ਚੁੱਕੀ ਕਿ ਲੋਕ ਸਾਰੇ ਬਹੁਤ ਆਪਣੇ ਆਪਣੇ ਕੰਮਾਂ 'ਚ ਬਿਜ਼ੀ ਨੇ, ਕੋਈ ਖੁਸ਼ੀ ਵਾਲਾ ਐਂਟਰਟੇਨ ਨਹੀਂ ਹੈਗਾ। ਸੋ ਇਸ ਜਿਹੜੀ ਇਹ ਜਿਹੜੀ ਸਟ੍ਰੈਸ ਦੀ ਪ੍ਰੋਬਲਮ ਹੈ ਜਾਂ ਇਹਦੇ ਨਾਲ ਕੋਈ ਡਿਪਰੈਸ਼ਨ ਹੋਰ ਜੁੜ ਕੇ ਬਹੁਤ ਕੁਛ ਹੋ ਜਾਂਦਾ, ਸੋ ਬੜੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਪ੍ਰੋਬਲਮ ਹੈਗੀ, ਉਹ ਤਾਂ ਜੋ ਜਿੱਦਾਂ ਆਮ ਜ਼ਿੰਦਗੀ ਚੱਲਦੀ ਹੈ ਉੱਦਾਂ ਉਹਨਾਂ ਦੀ ਜ਼ਿੰਦਗੀ ਚੱਲਦੀ ਰਹਿੰਦੀ ਹੈ। ਸੋ ਇਹਦੇ ਵਿੱਚ ਆਯੁਰਵੇਦ ਕੋਈ ਪ੍ਰਭਾਵਸ਼ਾਲੀ ਅਸਰ ਪਾਉਂਦੀ ਹੈ ਦਵਾਈ? ਹਾਂਜੀ, ਸਟ੍ਰੈਸ ਦੇ ਵਿੱਚ ਤਾਂ ਜਾਂ ਜਿੰਨੇ ਵੀ ਸਾਡੇ ਸਲੀਪਿੰਗ ਡਿਸਆਰਡਰਸ ਨੇ ਬਿਨਾਂ ਦੁਸ਼ਪ੍ਰਭਾਵ ਤੋਂ, ਕਿਉਂਕਿ ਜੇ ਅਸੀਂ ਟਰੰਕਲਾਈਜ਼ਰਸ ਲੈਂਦੇ ਹਾਂ, ਜੇ ਅਸੀਂ ਇਹਨਾਂ ਚੀਜ਼ਾਂ ਦਾ ਜਿਵੇਂ ਸਲੀਪਿੰਗ ਡਿਸਆਰਡਰਸ ਨੇ ਜਾਂ ਸਾਨੂੰ ਕਹਿ ਦਈਏ ਵੀ ਡਿਪਰੈਸ਼ਨ ਦੀ ਪ੍ਰੋਬਲਮ ਆ, ਸਟ੍ਰੈਸ ਦੀ ਪ੍ਰੋਬਲਮ ਆ, ਜੇ ਇਹਦਾ ਇਲਾਜ ਅਸੀਂ ਹੋਰ ਕਿਸੇ ਐਲੋਪੈਥੀ 'ਚ ਕਰਦੇ ਹਾਂ ਤਾਂ ਉਹਨਾਂ ਦੇ ਦੁਸ਼ਪ੍ਰਭਾਵ ਬਹੁਤ ਬਹੁਤ ਹੈਰਾਨੀਜਨਕ ਦੁਸ਼ਪ੍ਰਭਾਵ ਨੇ, ਜਿਹੜਾ ਬੰਦਾ ਦੁਬਾਰੇ ਉਹਨਾਂ ਨੂੰ ਛੱਡ ਵੀ ਨਹੀਂ ਸਕਦਾ। ਪਰ ਆਯੁਰਵੇਦ ਇਹਦੇ ਵਿੱਚ ਬਹੁਤ ਵਧੀਆ ਕਾਰਗਰ ਹੈ ਜੀ। ਉਹਦੇ ਨਾਲ ਜ਼ਰੂਰੀ ਹੁੰਦਾ ਵੀ ਸਾਨੂੰ ਥੋੜ੍ਹੀ ਜਿਹੀ ਜੀਵਨ ਸ਼ੈਲੀ ਚੇਂਜ ਕਰਨੀ ਪੈਂਦੀ ਆ, ਆਪਣੇ ਰੂਟੀਨ ਦੇ ਕੰਮ ਕਾਰ ਥੋੜ੍ਹੇ ਜਿਹੇ, ਹਰ ਚੀਜ਼ ਨੂੰ ਜਦੋਂ ਅਸੀਂ ਅਪਣਾਵਾਂਗੇ ਨਾਲ ਦਵਾਈ ਲਵਾਂਗੇ ਤਾਂ ਬਹੁਤ ਵਧੀਆ ਇਹਦਾ ਪ੍ਰਭਾਵ ਆ ਜੀ ਇਹਨਾਂ ਪ੍ਰੋਬਲਮਸ ਦੇ ਵਿੱਚ। ਵੈ ਜੀ, ਜਿਹੜੇ ਸਾਡਾ ਪੰਜਾਬ ਹੈ ਕਿਸੇ ਸਮੇਂ ਜੀ ਚੰਗੀ ਸਿਹਤ ਲਈ, ਪੰਜਾਂ ਦਰਿਆਵਾਂ ਦੇ ਸਾਫ਼ ਪਾਣੀਆਂ ਲਈ ਅਤੇ ਹੋਰ ਬੜੀਆਂ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਸੀਗੀਆਂ ਚੰਗੀਆਂ, ਉਹਨਾਂ ਲਈ ਜਾਣਿਆ ਜਾਂਦਾ ਸੀ। ਸੋ ਅੱਜ ਜਿਹੜਾ ਸਾਡਾ ਪੰਜਾਬ ਹੈ ਜੀ, ਇਹ ਇੱਕ ਜਿਹੜਾ ਬਿਮਾਰੀਆਂ ਦੀ ਕੈਪੀਟਲ ਬਣਦਾ ਜਾ ਰਿਹਾ ਹੈ। ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਉਹਨਾਂ ਹੋਸਪਿਟਲਸ, ਲੈਬੋਰੇਟਰੀਜ਼ ਪੰਜਾਬ ਨੂੰ ਇੱਕ ਬਹੁਤ ਵੱਡੀ ਮੰਡੀ ਦੇ ਰੂਪ 'ਚ ਦੇਖ ਰਹੇ ਨੇ ਬਿਮਾਰੀਆਂ ਦੀ। ਸੋ ਇੰਨੀਆਂ ਬਿਮਾਰੀਆਂ ਇੱਕਦਮ ਪੰਜਾਬ ਨੂੰ ਕਿਵੇਂ ਲਪੇਟੇ 'ਚ ਲੈ ਲਿਆ, ਇਹਦੇ ਬਾਰੇ ਸਾਨੂੰ ਜ਼ਰਾ ਵਿਸਥਾਰ ਨਾਲ। ਦੇਖੋ ਜੀ, ਇਹਦੇ 'ਚ ਸਭ ਤੋਂ ਵੱਡਾ ਜਿਹੜਾ ਵੱਡੀ ਚੀਜ਼ ਜ਼ਿੰਮੇਵਾਰ ਆ ਸਾਡਾ ਖਾਣ ਪੀਣ, ਸਾਡਾ ਪਾਉਣ ਪਾਣੀ ਆ। ਅਸੀਂ ਤਾਂ ਧਰਤੀ ਹੇਠਲਾ ਪਾਣੀ ਆ ਜਿਹੜਾ ਉਹ ਵੀ ਸਹੀ ਨਹੀਂ ਰੱਖਿਆ, ਉਹਨੂੰ ਵੀ ਦੂਸ਼ਿਤ ਕਰ ਲਿਆ ਰੇਹਾਂ ਨੇ, ਸਪਰੇਹਾਂ ਨੇ। ਹਰੀ ਕ੍ਰਾਂਤੀ ਅਸੀਂ ਜ਼ਰੂਰ ਲਿਆ ਆ, ਫਸਲਾਂ 'ਚ ਬਹੁਤ ਵੱਧ ਹੋਣ ਲੱਗ ਗਈ ਆ, ਇੰਨੀ ਵੱਧ ਹੋਣ ਲੱਗ ਗਈ ਆ ਵੀ ਮੈਂ ਸਮਝਦਾ ਵੀ ਲੋੜ ਤੋਂ ਵੀ ਵੱਧ ਉਪਜ ਜੇ ਕਿਹਾ ਜਾਵੇ ਇੱਕ ਭਾਸ਼ਾ 'ਚ ਤਾਂ ਉਹ ਵੀ ਹੋ ਰਹੀ ਆ। ਪਰ ਜਦੋਂ ਇਹ ਸਾਰੀਆਂ ਚੀਜ਼ਾਂ ਨਹੀਂ ਸੀ, ਜਦੋਂ ਆਪਾਂ ਸੋਚਦੇ ਸੀਗੇ ਵੀ ਹੁਣ ਫਸਲਾਂ ਦੀ ਕਮੀ ਆ, ਤਾਂ ਲੋਕ ਉਹਨੇ ਭੁੱਖ ਨਾਲ ਨਹੀਂ ਸੀ ਮਰਦੇ, ਸੋਕਾ ਪੈ ਜਾਂਦਾ ਸੀ, ਸੋਕਾ ਪੈ ਜਾਂਦਾ ਸੀ, ਤਾਂ ਲੋਕ ਸੋਕੇ 'ਚ ਮੈਂ ਸਮਝਦਾ ਵੀ ਉਹਨੇ ਨਹੀਂ ਸੀ ਮਰਦੇ ਜਿੰਨੇ ਹੁਣ ਇਹ ਚੀਜ਼ਾਂ ਨੂੰ ਖਾ ਕੇ ਮਰ ਰਹੇ ਨੇ। ਔਰ ਵੀ ਮਰ ਵੀ ਇੱਦਾਂ ਰਹੇ ਨੇ ਵੀ ਬਹੁਤ ਜੱਦੋ ਜਹਿਦ ਨਾਲ, ਉਹਨਾਂ ਨੂੰ ਆਪਾਂ ਕਹਿ ਦਈਏ ਵੀ ਮਰਨਾ ਪੈ ਰਿਹਾ, ਇਹ ਵੀ ਸ਼ਬਦ ਕੋਈ ਬੁਰਾ ਨਹੀਂ ਹੋਊਗਾ, ਕਿਉਂਕਿ ਨਾ ਤਾਂ ਹਰ ਬੰਦਾ ਅਫੋਰਡ ਕਰਦਾ ਵੀ ਉਹ ਕੈਂਸਰ ਦਾ ਇਲਾਜ ਕਰਾ ਪਾਊਗਾ। ਪਰ ਜਿਹੜੀਆਂ ਗਲੋਬਲਾਈਜ਼ਡ ਕੰਪਨੀਆਂ ਨੇ, ਵੱਡੀਆਂ ਮਲਟੀਨੈਸ਼ਨਲ ਕੰਪਨੀਜ਼ ਨੇ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਵੀ ਉਹ ਪੰਜਾਬ ਨੂੰ ਇੱਕ ਬਿਮਾਰੀਆਂ ਦੀ ਹੱਬ ਦੇ ਤੌਰ 'ਤੇ, ਕੈਪੀਟਲ ਦੇ ਤੌਰ 'ਤੇ ਦੇਖਦੇ ਨੇ, ਮੈਂ ਸਮਝਦਾ ਉਹਨਾਂ ਲਈ ਤਾਂ ਖੁਸ਼ਹਾਲੀ ਹੋਊਗੀ, ਨੈਚੁਰਲੀ ਆ। ਉਹਨਾਂ ਨੇ ਤਾਂ ਆਪਣੀ ਮੀਟਿੰਗਸ ਦੇ ਵਿੱਚ ਇਹ ਦੇਖਣਾ ਵੀ ਅਸੀਂ ਕਿੰਨੀਆਂ ਕੀਮੋ ਵੇਚੀਆਂ, ਕਿੰਨੇ ਹਜ਼ਾਰ ਕਰੋੜ ਦਾ ਸਾਡਾ ਟਾਰਗੇਟ ਆ ਕੀਮੋ ਵੇਚਣ ਦਾ। ਜਦਕਿ ਆਯੁਰਵੇਦ ਕਹਿੰਦਾ ਵੀ ਨਹੀਂ, ਇਹ ਨਹੀਂ ਹੋਣਾ ਚਾਹੀਦਾ, ਸਾਨੂੰ ਜੇ ਅਸੀਂ ਤੰਦਰੁਸਤ ਹਾਂ ਤਾਂ ਤੰਦਰੁਸਤ ਹੀ ਰਹਿਣਾ ਚਾਹੀਦਾ, ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਛੱਡ ਕੇ ਪੈਸਟੀਸਾਈਡਸ, ਔਰਗੈਨਿਕ ਵੱਲ ਲਾਉਣਾ ਪਊਗਾ, ਉਹ ਸਾਰੇ ਚੀਜ਼ ਨੂੰ ਇੱਕ ਉਹ ਕਰਨਾ ਪਊਗਾ। ਹੁਣ ਤਾਂ ਜੇ ਕਿਤੇ ਕੋਈ ਵੱਡਾ ਹੋਸਪਿਟਲ ਸਰਕਾਰ ਐਲਾਨ ਕਰਦੀ ਆ ਤਾਂ ਲੋਕ ਉਹਨੂੰ ਇੱਕ ਬਹੁਤ ਖੁਸ਼ੀ ਅਤੇ ਮਾਣ ਨਾਲ ਦੇਖਦੇ ਨੇ ਵੀ ਸਾਡੇ ਤਾਂ ਏਰੀਏ 'ਚ ਏਡਾ ਬੜਾ ਹੋਸਪਿਟਲ ਖੁੱਲੂਗਾ, ਕਿਹੜੀ ਸਰਕਾਰ ਨੇ ਖੋਲ੍ਹਿਆ, ਫਲਾਣੀ ਸਰਕਾਰ ਨੇ ਖੋਲ੍ਹਿਆ, ਉਹਦੀ ਵਾਹ ਵਾਹ ਹੁੰਦੀ ਆ। ਲੋਕ ਇਹ ਨਹੀਂ ਦੇਖਦੇ ਵੀ ਕੋਈ ਸਰਕਾਰ ਇਹੋ ਜਿਹਾ ਉਪਰਾਲਾ ਕਰੇ ਜਿਹਦੇ ਨਾਲ ਲੋਕ ਬਿਮਾਰ ਹੀ ਨਾ ਹੋਣ, ਨਾ ਲੋਕ ਇਹ ਮੰਗ ਕਰਦੇ ਨੇ ਵੀ ਬਿਮਾਰੀਆਂ ਕਿਉਂ ਹੋ ਰਹੀਆਂ ਨੇ, ਇਹ ਤਾਂ ਕਿਸੇ ਦੀ ਡਿਮਾਂਡ ਹੀ ਨਹੀਂ ਹੈ ਅੱਜ ਦੇ ਸਮੇਂ 'ਚ
ਵੀ ਅਸੀਂ ਬਿਮਾਰ ਕਿਉਂ ਹੋ ਰਹੇ ਹਾਂ, ਇਹਦੇ ਲਈ ਕੌਣ ਜ਼ਿੰਮੇਵਾਰ ਆ। ਇਹ ਕੋਈ ਡਿਮਾਂਡ ਨਹੀਂ, ਹੋਸਪਿਟਲਸ ਦੀ ਡਿਮਾਂਡ ਆ ਲੋਕਾਂ ਵੱਲੋਂ ਵੀ ਸਾਡੇ ਉੱਥੇ ਐਡਾ ਬੜਾ ਹੋਸਪਿਟਲ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ। ਜਿੰਨੀ ਦੇਰ ਅਸੀਂ ਇਹ ਚੀਜ਼ਾਂ ਤੋਂ ਦੂਰ ਹੋ ਕੇ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਬਣਾਉਂਦੇ ਵੀ ਮੈਂ ਅੱਜ ਤੋਂ ਖਾਊਂਗਾ ਤਾਂ ਔਰਗੈਨਿਕ ਚੀਜ਼ਾਂ ਖਾਊਂਗਾ, ਮੈਂ ਪੈਸਟੀਸਾਈਡ ਨਹੀਂ ਪਾਊਂਗਾ। ਘੱਟੋ ਘੱਟ ਕਿਸਾਨਾਂ ਨੂੰ ਆਪਣੇ ਲਈ ਤਾਂ ਕਰ ਲੈਣਾ ਚਾਹੀਦਾ, ਜੇ ਜ਼ਿਆਦਾ ਨਹੀਂ ਤਾਂ ਹੌਲੀ ਹੌਲੀ ਉਹ ਰੂਟੀਨ ਵੱਧਦੀ ਜਾਊਗੀ ਲੋਕ ਉਹ ਚੀਜ਼ ਦੇ ਫਾਇਦੇ ਵੱਲ। ਅਤੇ ਸਰਕਾਰ ਨੂੰ ਉਹਨਾਂ ਦਾ ਸਹੀ ਮੁੱਲ ਦੇਣਾ ਚਾਹੀਦਾ, ਜੇ ਕੋਈ ਔਰਗੈਨਿਕ ਚੀਜ਼ ਵੱਲ ਕਦਮ ਵਧਾਉਂਦਾ ਤਾਂ ਉਹਦੀ ਚੀਜ਼ ਰੋਲਣੀ ਨਹੀਂ ਚਾਹੀਦੀ, ਪਹਿਲ ਦੇ ਆਧਾਰ 'ਤੇ ਉਹਦਾ ਸਹੀ ਮੁੱਲ ਉਹਨੂੰ ਮਿਲਣਾ ਚਾਹੀਦਾ, ਤਾਂ ਹੀ ਅਸੀਂ ਬਿਮਾਰੀਆਂ ਤੋਂ ਮੁਕਤ ਹੋ ਪਾਵਾਂਗੇ। ਇਹ ਇਕੱਲੀ ਇੱਕ ਚੀਜ਼ ਜ਼ਿੰਮੇਵਾਰ ਨਹੀਂ ਹੈਗੀ, ਇਸੇ ਕਰਕੇ ਪੰਜਾਬ ਹੁਣ ਇੱਕ ਹੱਬ ਬਣ ਗਿਆ ਬਿਮਾਰੀਆਂ ਦੀ। ਵੈਸੇ ਜੀ ਇੱਕ ਆਯੁਰਵੇਦ ਬਾਰੇ ਇਹ ਤੁਸੀਂ ਥੋੜ੍ਹਾ ਸਾਨੂੰ ਦੱਸੋ, ਇੱਕ ਆਯੁਰਵੇਦ ਬਾਰੇ ਇੱਕ ਧਾਰਨਾ ਹੈ ਵੀ ਆਮ ਜਿਹੜੀਆਂ ਪੈਥੀਆਂ ਨੇ ਉਹਨਾਂ ਦੇ ਵਿੱਚ ਬਿਮਾਰ ਹੋਣ ਤੋਂ ਬਾਅਦ ਇਲਾਜ ਹੈ ਜੀ। ਬੁਖਾਰ ਚੜ ਗਿਆ ਉਹਦੀ 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 ਦਵਾਈ ਹੈ, ਖੰਘ ਜ਼ੁਕਾਮ ਹੋ ਗਿਆ ਉਹਦੀ ਦਵਾਈ ਹੈ। ਸੁਣਿਆ ਵੀ ਆਯੁਰਵੇਦਿਕ ਇੱਦਾਂ ਦੀ ਪ੍ਰਣਾਲੀ ਹੈ ਵੀ ਜੇ ਅਸੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਅਪਣਾ ਲੈਂਦੇ ਹਾਂ ਤਾਂ ਸਰੀਰ ਦਾ ਸਾਡੇ ਦਾ ਖਾਣ ਪੀਣ ਦਾ ਸਿਸਟਮ ਇੱਦਾਂ ਦਾ ਬਣ ਜਾਂਦਾ ਕਿ ਬੰਦਾ ਬਿਮਾਰ ਹੋਵੇ ਹੀ ਨਾ। ਕੀ ਇਹ ਸੱਚ ਹੈ? ਬਿਲਕੁਲ, ਇਹ ਬਿਲਕੁਲ ਸਹੀ ਹੈ। ਜੇ ਅਸੀਂ ਆਯੁਰਵੇਦ ਸਾਇੰਸ ਆਫ ਲਾਈਫ ਇਹਨੂੰ ਅਡੋਪਟ ਕਰ ਲਾਂਗੇ, ਉਹਦੇ ਵਿੱਚ ਇਕੱਲਾ ਖਾਣ ਪੀਣ ਨਹੀਂ, ਉਹਦੇ 'ਚ ਸਾਰੀਆਂ ਚੀਜ਼ਾਂ, ਸਾਡਾ ਪਹਿਨਣ ਤੱਕ ਵੀ ਉਹਦੇ ਵਿੱਚ ਰੂਲਸ ਨੇ ਸ਼ਾਮਲ ਨੇ, ਸਾਡਾ ਉੱਠਣ ਦਾ ਪੂਰੇ ਦਿਨ ਦੀ ਦਿਨ ਚਰਿਆ, ਅਸੀਂ ਕੀ ਖਾਣਾ, ਕਿੰਨੇ ਵਜੇ ਖਾਣਾ, ਸੂਰਜ ਛਿਪਣ ਤੋਂ ਬਾਅਦ ਨਹੀਂ ਖਾਣਾ, ਅਸੀਂ ਆਹ ਚੀਜ਼ 'ਚ ਇੰਨਾ ਮਿੱਠਾ, ਅਸੀਂ ਆਹ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਅਪਣਾਉਂਦੇ ਹਾਂ ਤਾਂ ਮੈਂ ਸਮਝਦਾ ਵੀ ਨਹੀਂ ਬਿਮਾਰ ਹੋਊਗਾ ਬੰਦਾ। 100 ਸਾਲ ਦੀ ਉਮਰ ਕੋਈ ਅਤਕਥਨੀ ਨਹੀਂ ਜਿਹੜੀ ਅਸੀਂ ਸੁਣਦੇ ਸੀ ਪਹਿਲਾਂ, ਠੀਕ ਹੈ, ਉਹ ਅੱਜ ਵੀ ਲੋਕ ਮੌਜੂਦ ਨੇ। ਉਹਨਾਂ ਨੂੰ ਪੁੱਛੋ ਤੁਸੀਂ, ਦੇਖੋ ਸਿੰਪਲ ਗੱਲ ਆ, ਤੁਸੀਂ ਕਿਸੇ 100 ਸਾਲ ਦਾ ਬੰਦਾ ਜਿਹੜਾ ਤੰਦਰੁਸਤ ਆ ਉਹਨੂੰ ਮਿਲੋ, ਜਾਂ 90 ਸਾਲ ਦਾ ਉਹਨੂੰ ਪੁੱਛੋ, ਤੁਸੀਂ ਸਭ ਤੋਂ ਵੱਡੀ ਜਿਹੜੀ ਚੀਜ਼ ਹੋਊਗੀ ਉਹਦਾ ਖਾਣ ਪੀਣ ਅਤੇ ਉਹਦੀ ਜੀਵਨ ਸ਼ੈਲੀ ਨੋਰਮਲ ਹੋਊਗੀ, ਤੜਕ ਭੜਕ ਵਾਲੀ ਨਹੀਂ ਹੋਊਗੀ, ਤਾਂ ਹੀ ਅਸੀਂ ਇਸ ਉਸ ਚੀਜ਼ ਤੱਕ ਪਹੁੰਚ ਸਕਦੇ ਹਾਂ। ਆਯੁਰਵੇਦਿਕ ਪ੍ਰਣਾਲੀ 1000 ਸਾਲ ਪਹਿਲਾਂ ਜੀ ਸਾਡੇ ਦੇਸ਼ ਭਾਰਤ ਦੇ ਵਿੱਚ ਸਟਾਰਟ ਹੋਈ ਜੀ। ਸੋ ਇਹਨੂੰ ਇੱਥੇ ਆਯੁਰਵੇਦਿਕ ਪ੍ਰਣਾਲੀ ਨੂੰ ਉਨਾ ਢੁਕਵਾਂ ਸਥਾਨ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ, ਪਰ ਅੱਜ ਵਿਦੇਸ਼ਾਂ ਦੇ ਵਿੱਚ ਇਹ ਜਿਹੜੀ ਪ੍ਰਣਾਲੀ ਹੈ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ, ਕੁਛ ਵਿਦੇਸ਼ੀ ਲੋਕ ਇੱਥੇ ਇਲਾਜ ਵੀ ਕਰਾਉਣ ਆਉਂਦੇ ਨੇ, ਲੱਖਾਂ ਕਰੋੜਾਂ ਰੁਪਏ ਦੀਆਂ ਜਿਹੜੇ ਆਯੁਰਵੇਦਿਕ ਦਵਾਈਆਂ ਨੇ ਉਹ ਉੱਧਰ ਭੇਜੀਆਂ ਜਾਂਦੀਆਂ ਨੇ, ਤੁਸੀਂ ਵੀ ਭੇਜਦੇ ਹੋ, ਸੋ ਸਾਡੇ ਢੁਕਵਾਂ ਸਥਾਨ ਕਿਉਂ ਨਹੀਂ ਮਿਲਿਆ? ਜਿਹੜੇ ਲੋਕ ਸਾਡੇ ਕਲਚਰ ਨਾਲ ਨਹੀਂ ਜੁੜੇ ਹੋਏ, ਵਿਦੇਸ਼ੀ ਨੇ, ਜਿੱਥੋਂ ਜਿਨ੍ਹਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ, ਉਹ ਅੱਜ ਇਸ ਪ੍ਰਣਾਲੀ ਵੱਲ ਇੰਨੇ ਅਟਰੈਕਟ ਕਿਉਂ ਹੋ ਰਹੇ ਨੇ? ਦੇਖੋ ਜੀ, ਜਿਹੜੀ ਚੀਜ਼ ਸ਼ੁੱਧ ਆ, ਜੇ ਕੋਈ ਉਹਦੇ ਬਾਰੇ ਜਾਣਦਾ ਤਾਂ ਉਹਦੀ ਤਾਂ ਅਟਰੈਕਸ਼ਨ ਹੋਣੀ ਓ ਆ। ਅਤੇ ਦੂਜੀ ਗੱਲ, ਅਸੀਂ ਕਿਉਂ ਨਹੀਂ, ਅਸੀਂ ਤੁਰ ਰਹੇ ਹਾਂ ਫੈਸ਼ਨ ਵੱਲ, ਅਸੀਂ ਜਿਸ ਚੀਜ਼ ਸਾਡੇ ਅੰਦਰ ਦੌੜ ਲੱਗੀ ਹੋਈ ਆ ਵੀ ਪਤਾ ਨਹੀਂ ਆਹ ਚੀਜ਼ ਵਧੀਆ। ਪਹਿਲਾਂ ਇੱਕ ਕਹਾਵਤ ਹੁੰਦੀ ਸੀ, ਖਾਈਏ ਮਨ ਪਾਉਂਦਾ, ਪਾਈਏ ਜੱਗ ਪਾਉਂਦਾ। ਹੁਣ ਅਸੀਂ ਪਾਉਂਦੇ ਤਾਂ ਜੱਗ ਪਾਉਂਦਾ ਹੈਗੇ ਹੀ ਹਾਂ, ਠੀਕ ਆ, ਪਾਉਣਾ ਵੀ ਚਾਹੀਦਾ, ਪਰ ਸਾਨੂੰ ਖਾਣਾ ਤਾਂ ਨਹੀਂ ਅਪਣਾਉਣਾ ਚਾਹੀਦਾ, ਜਿਹੜੀ ਚੀਜ਼ ਤੁਹਾਨੂੰ ਸੂਟ ਕਰਦੀ ਆ ਤੁਸੀਂ ਖਾਓ। ਗਲੋਬਲਾਈਜ਼ਡ ਹੋਣ ਕਰਕੇ ਸਾਨੂੰ ਖਾਣੇ ਪੀਣਿਆਂ ਦਾ ਸਾਰਾ, ਸਾਡੇ ਇੱਧਰ ਜੰਕ ਫੂਡ ਆ ਗਏ, ਤਲੀਆਂ ਹੋਈਆਂ ਚੀਜ਼ਾਂ ਆ ਗਈਆਂ, ਡੱਬਾਬੰਦ ਪੈਕਿੰਗਸ ਵਾਲੀਆਂ ਚੀਜ਼ਾਂ ਆ ਗਈਆਂ, ਜਦਕਿ ਸਾਨੂੰ ਆਮ ਲੋਕਾਂ ਨੂੰ ਹੁਣ ਵੀ ਜਿਹੜੀ ਇੰਡੀਆ ਦੀ ਆਬਾਦੀ ਆ, ਮੈਂ ਸਮਝਦਾ ਵੀ ਬਹੁਤ ਵੱਧ ਪੇਂਡੂ ਖੇਤਰਾਂ 'ਚ ਤਾਂ ਅਸੀਂ ਤਾਂ ਉਹ ਚੀਜ਼ਾਂ ਨੂੰ ਨੋਰਮਲ ਅਡੋਪਟ ਕਰ ਸਕਦੇ ਹਾਂ, ਖਾ ਸਕਦੇ ਹਾਂ, ਔਰਗੈਨਿਕ ਵੀ ਖਾ ਸਕਦੇ ਹਾਂ। ਸਾਡਾ ਕੀ ਆ, ਸਾਡੀ ਦੌੜ ਲੱਗੀ ਹੋਈ ਹੈ ਇੱਕ ਫੈਸ਼ਨ ਵੱਲ ਨੂੰ, ਅਸੀਂ ਜਿਹੜੀਆਂ ਜੋ ਚੀਜ਼ਾਂ ਸਾਡੇ ਕੋਲ ਨੇ ਉਹਨਾਂ ਨੂੰ ਛੱਡਦੇ ਜਾ ਰਹੇ ਹਾਂ। ਅਸੀਂ ਇਲਾਜ ਲਈ ਸੋਚਦੇ ਹਾਂ ਵੀ ਕੋਈ ਵੱਡਾ ਹੋਸਪਿਟਲ ਹੋਵੇ, ਸਾਰਾ ਕੁਛ ਆਹ ਹੋਵੇ, ਇੱਦਾਂ ਹੋਵੇ। ਉਹ ਲੋਕ ਨੇ ਉਹ ਸੋਚਦੇ ਨੇ ਵੀ ਯਾਰ ਜਿਹੜੀ ਚੀਜ਼ ਦਾ ਦੁਸ਼ਪ੍ਰਭਾਵ ਨਾ ਹੋਵੇ, ਜਿਹੜੀ ਚੀਜ਼ ਸਾਨੂੰ ਸਾਈਡ ਇਫੈਕਟ ਤੋਂ ਰਹਿਤ ਹੋਵੇ ਉਹਨੂੰ ਅਸੀਂ ਅਪਣਾਈਏ, ਉਹ ਚੀਜ਼ ਨੂੰ ਇਹ ਜਾਣਦੇ ਨੇ। ਉਹ ਸਭ ਤੋਂ ਵੱਧ ਹੈਗੀ ਆਯੁਰਵੇਦ 'ਚ,
ਇਸੇ ਕਰਕੇ ਹੀ ਉਹ ਲੋਕ ਆਯੁਰਵੇਦ ਨੂੰ ਬਹੁਤ ਵੱਧ ਅਪਣਾ ਰਹੇ ਨੇ, ਤਰਜੀਹ ਦੇ ਰਹੇ ਨੇ। ਸੋ ਮੈਂ ਜਾਂਦੇ ਜਾਂਦੇ ਇੱਕ ਬੜਾ ਤੁਹਾਡੇ ਨਾਲ ਜ਼ਰੂਰੀ ਜਿਹੜਾ ਹੈਗਾ ਨੁਕਤਾ, ਮੈਂ ਸਾਡੇ ਜਿਹੜੇ ਦਰਸ਼ਕ ਨੇ ਉਹ ਤੰਦਰੁਸਤ ਰਹਿਣ, ਹੱਸਦੇ ਵੱਸਦੇ ਰਹਿਣ, ਹਮੇਸ਼ਾ ਖੁਸ਼ ਰਹਿਣ, ਸੋ ਉਹਨਾਂ ਨੂੰ ਜਾਂਦੇ ਜਾਂਦੇ ਤੁਸੀਂ ਕੋਈ ਸੰਦੇਸ਼ ਕੋਈ ਜਿਹੜਾ ਹੈਗਾ ਉਹ ਆਪਣਾ ਦਿਓ ਪਲੀਜ਼। ਜੀ, ਮੈਂ ਸੰਦੇਸ਼ ਇਹੀ ਦਊਂਗਾ ਤਾਰ ਜੀ, ਜਿਹੜਾ ਸਭ ਤੋਂ ਵੱਡਾ, ਵੀ ਅਸੀਂ ਇੱਕ ਇੱਕ ਕਰਕੇ ਚੀਜ਼ਾਂ ਨੂੰ ਅਪਣਾਉਂਦੇ ਜਾਈਏ। ਸਭ ਤੋਂ ਪਹਿਲਾਂ ਤਾਂ ਅਸੀਂ ਸੌਂਹ ਪਾ ਲਈਏ ਵੀ ਅਸੀਂ ਨੇ ਇੱਕ ਦਾਤਣੇ ਕਰਨੀ ਆ ਹਰ ਰੋਜ਼, ਠੀਕ ਹੈ, ਜਦਕਿ ਹਰ ਜਗ੍ਹਾ ਅਵੇਲੇਬਲ ਹੈ। ਅਸੀਂ ਸਵੇਰੇ ਉੱਠ ਕੇ ਬ੍ਰਸ਼ ਕਰਦੇ ਹਾਂ, ਪੇਸਟ ਕਰਦੇ ਹਾਂ, ਹੁਣ ਕਈ ਆਯੁਰਵੈਦਿਕ ਵਾਲੇ ਵੀ ਦਾਅਵੇ ਕਰਦੇ ਨੇ ਆਹ ਸਾਡਾ ਪੇਸਟ ਆ, ਜਦਕਿ ਕੋਈ ਪੇਸਟ ਬਿਨਾਂ ਕੈਮੀਕਲ ਤੋਂ ਨਹੀਂ ਬਣਦਾ। ਤਾਂ ਅਸੀਂ ਇੱਕ ਦਾਤਣੇ ਅਪਣਾ ਲਈਏ ਵੀ ਅਸੀਂ ਕਿੱਕਰ ਦੀ ਜਾਂ ਨਿੰਮ ਦੀ ਦਾਤਣ ਕਰਾਂਗੇ ਅੱਜ ਤੋਂ, ਜਿਹੜੀ ਕਿ ਫ੍ਰੀ ਵੀ ਹੈ। ਫ੍ਰੀ ਵੀ ਹੈ ਬਿਲਕੁਲ, ਹਾਂ, ਉਹਦਾ ਕੋਈ ਸਾਨੂੰ ਪੇਮੈਂਟ ਵੀ ਨਹੀਂ ਕਰਨੀ ਹੈਗੀ, ਹੈ ਨਾ, ਅਤੇ ਨਾਲ ਵਾਤਾਵਰਨ ਦੀ ਰੱਖਿਆ। ਜੇ ਅਸੀਂ ਦਾਤਣ ਕਰਾਂਗੇ ਤਾਂ ਸਾਨੂੰ ਇਹ ਵੀ ਲੱਗੂ ਵੀ ਦਰਖਤ ਲਾਉਣਾ ਵੀ ਚਾਹੀਦਾ, ਅਤੇ ਜਿਹੜਾ ਦੂਜਾ ਸੰਦੇਸ਼ ਆ ਵੀ ਸਾਨੂੰ ਦਰਖਤ ਜ਼ਰੂਰ ਲਾਉਣੇ ਚਾਹੀਦੇ ਨੇ, ਖਾਸ ਕਰਕੇ ਹਰਬਲ ਪਲਾਂਟਸ ਨੇ ਜਿਹੜੇ, ਸੁਹਾਂਜਣਾ ਹੋ ਗਿਆ, ਨਿੰਮ ਹੋ ਗਈ, ਬਹੁਤ ਇੱਦਾਂ ਦੇ ਪਲਾਂਟਸ ਨੇ, ਗਲੋ ਹੋ ਗਈ, ਗਲੋ ਦੀ ਵੇਲ ਆ ਜਿਹੜੀ, ਇਹ ਚੀਜ਼ਾਂ ਜੇ ਅਸੀਂ ਅਪਣਾਈਏ ਛੋਟੀਆਂ ਛੋਟੀਆਂ ਚੀਜ਼ਾਂ ਤਾਂ ਅਸੀਂ ਤੰਦਰੁਸਤ ਰਹਿ ਸਕਾਂਗੇ। ਦੋਸਤੋ, ਇਹ ਸੀਗੇ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਜੀ ਸਾਡੇ ਨਾਲ। ਸੋ ਮੈਨੂੰ ਉਮੀਦ ਨਹੀਂ, ਪੂਰਾ ਯਕੀਨ ਹੈ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸੋ ਜਿਹੜੇ ਤੁਹਾਡੇ ਆਯੁਰਵੇਦ ਬਾਰੇ ਸ਼ੰਕੇ ਤੁਹਾਡੇ ਮਨ ਦੇ ਵਿੱਚ ਸੀਗੇ, ਸੋ ਉਹਨਾਂ ਨੂੰ ਅੱਜ ਅਸੀਂ ਵੱਧ ਤੋਂ ਵੱਧ ਦੂਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ। ਸੋ ਅੱਗੇ ਨੂੰ ਇੱਕ ਪ੍ਰਸਿੱਧ ਸ਼ਖਸੀਅਤ ਦੇ ਨਾਲ ਮੈਂ ਦੀਦਾਰ ਸਿੰਘ ਗੁਰਨਾ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗਾ। ਤਦ ਤੱਕ ਲਈ ਸ਼ੁਕਰੀਆ।